shit up like. ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਦੀ ਚੈਨਲ ਗਾਈਸ। ਆਈ ਹੋਪ ਤੁਸੀਂ ਸਾਰੇ ਕੈਂਟ ਹੋ ਅਤੇ ਅਸੀਂ ਵੀ ਕੈਂਟ ਹਾਂ। ਅਸੀਂ ਚੱਲੇ ਹਾਂ ਜੀ ਮੋਰਿੰਡੇ ਸ਼ਹਿਰ ਅਤੇ ਨਾਲ ਬ੍ਰਦਰ ਅਤੇ ਚੱਲੇ ਹਾਂ ਜੀ ਜੇ ਕੇ ਪੇਂਟਰ ਕੋਲ। ਅੱਜ ਮੋਬਾਈਲ ਦੇ ਬੈਕ ਸਾਈਡ ਕਵਰ 'ਤੇ ਆਪਣੇ ਚੈਨਲ ਦਾ ਲੋਗੋ ਸ਼ੋਅ ਹੈ। ਸੋ ਮਿਲਦੇ ਹਾਂ ਜੇ ਕੇ ਪੇਂਟਰ ਕੋਲ, ਅਤੇ ਪਹਿਲਾਂ ਜਾਂ ਅਸੀਂ ਸਿੰਘ ਸਵੀਟਸ ਕੋਲ ਵੀਰ ਆਪਣੇ ਕੋਲ ਮਿਲਦੇ ਹਾਂ ਸਿੰਘ ਸਵੀਟਸ। ਆਪਣੇ ਮੋਰਿੰਡੇ ਬ੍ਰਿਜ ਹੇਠ ਜਿਹੜਾ ਹੁਣ ਨਵਾਂ ਬਣਿਆ ਸੀ, ਆਹ ਦੇਖੋ ਇਹਦੇ ਟੀਨਾਂ ਪਾਈਆਂ, ਪਰ ਇਹਦੀ ਹਾਲਤ ਦੇਖੋ। ਪੈਂਟਰ ਕੋਲ ਤੇ ਅਸੀਂ ਆਪਣੇ ਚੈਨਲ ਦਾ ਲੋਗੋ ਫੋਨ ਦੇ ਪਿੱਛੇ ਲਵਾ ਲਿਆ, ਤੇ ਹੁਣ ਜਾ ਰਹੇ ਅਸੀਂ ਤੇਲ ਪਾਉਣ ਲਈ। ਯਾਰ 60 ਰੁਪਏ ਦਾ ਲੱਗਿਆ ਪਿੱਛੇ ਲੋਗੋ, ਤੁਹਾਨੂੰ ਦਿਖਾਵਾਂ ਘਰ ਜਾ ਕੇ ਕਿਸ ਤਰ੍ਹਾਂ ਲੱਗਿਆ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੇਲ ਪਾਉਣ ਲਈ ਪਹਿਲਾਂ ਪੁਆ, ਤੇ ਹੁਣ ਚੱਲੇ ਅਸੀਂ ਘਰ ਨੂੰ। ਇੱਧਰ ਨੂੰ ਚੱਲਦੇ ਹਾਂ, ਇੱਧਰ ਨੂੰ ਚੱਲਦੇ ਚੱਲਦੇ ਜਾ ਰਹੇ ਹਾਂ ਘਰ ਨੂੰ। ਘਰ ਜਾ ਕੇ ਤੁਸੀਂ ਦਿਖਾਵਾਂਗੇ। ਨਵਾਂ ਪੁਲ ਬਣਿਆ ਆਪਣੇ ਸਰਹੰਦ ਰੋਡ ਦੇ ਉੱਤੇ, ਜਿਹੜਾ ਖਮਾਣ ਨੂੰ ਰੋਡ ਜਾਂਦਾ ਸੀਗਾ। ਇਹ ਜਿਹੜਾ ਇੱਧਰ ਨੂੰ ਜਾਂਦੇ ਆਪਣਾ, ਇਹ ਸਿੱਧਾ ਹੀ ਰੋਡ ਆਪਣੇ ਚੰਡੀਗੜ੍ਹ ਨੂੰ ਜਾਂਦਾ। We'll be right back.
ਜਾ ਕੇ ਵੀਡੀਓ ਦੀ ਐਡੀਟਿੰਗ ਕਰਨੀ ਆ ਤੇ ਫਿਰ ਨੈਟ ਤੇ ਪਾਉਣੀ ਆ। ਸੋ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਜਲਦੀ ਜਲਦੀ ਵੀਡੀਓ ਨੂੰ ਕਰਦੇ ਕਰੋ ਲਾਈਕ, ਸ਼ੇਅਰ ਵੀ ਕਰਦੇ ਕਰੋ। ਜੋ ਅਸੀਂ ਲੋਗੋ ਲਵਾਇਆ ਏ ਉਹ ਅਸੀਂ ਲਵਾਇਆ ਜੇ ਕੇ ਪੇਂਟਰ ਕੋਲੋਂ। ਤੁਹਾਨੂੰ ਪਤਾ ਹੀ ਆ ਮੋਰਿੰਡੇ ਸ਼ਹਿਰ 'ਚ ਸਭ ਤੋਂ ਮਸ਼ਹੂਰ ਦੁਕਾਨ ਹੈ ਜੇ ਕੇ ਪੇਂਟਰ ਦੀ। ਸੋ ਇਹ ਦੁਕਾਨ ਜਿਹੜੀ ਹੈ ਵੀ ਆਪਣੇ ਟਰੱਕ ਯੂਨੀਅਨ ਰੋਡ 'ਤੇ ਆਪਣੇ ਸੱਜੇ ਹੱਥ ਦੀ ਦੁਕਾਨ ਹੈ। ਆਹਮਣੇ ਸਾਹਮਣੇ ਦੋ ਦੁਕਾਨਾਂ ਉਹਨਾਂ ਦੀਆਂ ਜੀ। ਅਸੀਂ ਉੱਥੇ ਆਪਣੇ ਚੈਨਲ ਦਾ ਲੋਗੋ ਬਣਾ ਕੇ ਲੈ ਕੇ ਆਏ ਹਾਂ। ਸੋ ਕੱਲ੍ਹ ਮੈਨੂੰ ਦਿੱਤਾ ਸੀ ਕਿ ਮੇਰੇ ਦੋਸਤ ਨੇ ਗਿਫਟ ਦੋਸਤੀ ਕਰਦੇ। ਹੁਣ ਅਨਬੋਕਸਿੰਗ ਅਨਬੋਕਸਿੰਗ ਤੋਂ ਪਹਿਲਾਂ ਮੇਰੇ ਵੀਡੀਓ ਨੂੰ ਕਰ ਦਿਓ ਜਲਦੀ ਜਲਦੀ ਨੂੰ ਲਾਈਕ ਅਤੇ ਨਾਲ ਹੀ ਸ਼ੇਅਰ ਜ਼ਰੂਰ ਕਰਦੇ ਕਰੋ ਜੇ ਬਲੌਗ ਵਧੀਆ ਲੱਗਦੇ ਆ। ਅਤੇ ਨਾਲ ਹੀ ਹੁਣ ਮੇਰੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਨਾਲ ਬੈੱਲ ਆਈਕਨ ਦੇ ਬਟਨ ਨੂੰ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਸਾਊਂਡ ਟੈਸਟ ਬਲੂਟੂਥ ਮਾਊਟ ਬਹੁਤ ਹੀ ਕਨੈਕਟਡ। ਉਹ ਕੱਦ ਵੱਡਾ ਹੈ ਕਬੀਲਦਾਰੀ ਦਾ ਇੱਕੋ ਚੁੱਲ੍ਹੇ ਤੇ ਪਕਾ ਲਾ ਰੋਟੀਆਂ। ਉਹ ਲੇਖ ਮੱਥੇ ਦੇ ਨੀ ਮਾੜੇ ਮਿੱਠੀਏ ਭਾਵੇਂ ਲੱਖ ਤੱਕ ਦੀਰਾਂ ਖੋਟੀਆਂ ਨੀ ਅਜੇ ਕਣਕਾਂ ਦੇ ਤੱਕ ਠਹਿਰ ਜਾ ਤੇਰਾ ਖਤਮ ਕਲੇਸ਼ ਕਰ ਦੂ ਸੂਟਾਂ ਪਿੱਛੇ ਫਿਰੇ ਲੜਦੀ ਲੜਦੀ ਉਹ ਮੁੰਡਾ ਕੋਹੇ ਨੂਰ ਪੇਸ਼ ਕਰ ਦੂ ਨਿੱਕਾ ਤੋਂ ਸੂਟਾਂ ਪਿੱਛੇ ਫਿਰੇ ਲੜਦੀ ਲੜਦੀ ਮੁੰਡਾ ਕੋਹੇ ਨੂਰ ਪੇਸ਼ ਕਰ ਦੂ। ਤੁਹਾਨੂੰ ਇਸਦੀ ਸਾਊਂਡ ਵਧੀਆ ਲੱਗੀ ਹੈ ਤਾਂ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ। ਹਾਂ, ਜੇ ਤੁਸੀਂ ਇਸ ਤਰ੍ਹਾਂ ਦੇ ਸਪੀਕਰਾਂ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ 'ਚ ਆਪਣਾ ਨੰਬਰ ਸੈਂਡ ਕਰ ਦਿਓ, ਤੁਹਾਡੇ ਨਾਲ ਅਸੀਂ ਗੱਲ ਕਰਕੇ ਇਸ ਨੂੰ ਦਵਾ ਦੇਵਾਂਗੇ। ਸੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ 'ਚ। ਬਾਏ ਬਾਏ।